ਪ੍ਰੋਪਰ ਟੀਵਨ ਦੇ ਕੇ ਦਰਸ਼ਕਾਂ ਨੂੰ ਹਰਸ਼ਾਂਕਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਪ੍ਰਮੁੱਖ ਸੁਰਖੀਆਂ। ਏਟੀਐਮ ਬਦਲ ਕੇ ਠੱਗੀ ਪਾਉਣ ਵਾਲਾ ਮੌਕੇ ਤੇ ਕਾਬੂ। ਸ਼ਹੀਦ ਭਗਤ ਸਿੰਘ ਚੌਂਕ ਨੇੜੇ ਸਥਿਤ ਐਕਸਿਸ ਬੈਂਕ ਸਾਹਿਬ ਨੇ ਅੱਜ ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ। ਲੋਕਾਂ ਨੇ ਇਸ ਵਿਅਕਤੀ ਦੀ ਮੌਕੇ ਤੇ ਪਿਟਾਈ ਕੀਤੀ ਤੇ ਪੁਲਿਸ ਵਾਲੇ ਕਰ ਦਿੱਤਾ। ਕਿਸਾਨ ਮੰਡੀ ਚ ਪਾਕਿਸਤਾਨ ਜਿੰਦਾਬਾਦ ਨਾਰੇ ਲਿਖੇ ਸੇਬ ਵੇਚਣ ਵਾਲੇ ਤੋਂ ਪੁੱਛਗਿੱਛ। ਨਿਆਰੇ ਜੈਲ ਸਿੰਘ ਨਗਰ ਸਥਿਤ ਲੱਗਣ ਵਾਲੀ ਸਬਜ਼ੀ ਮੰਡੀ ਚ ਅੱਜ ਇੱਕ ਰੇੜੀ ਤੇ ਪਾਕਿਸਤਾਨ ਜਿੰਦਾਬਾਦ ਅਤੇ ਕੁਝ ਅੱਤਵਾਦੀਆਂ ਦੇ ਉਰਦੂ ਚ ਲਿਖੇ ਨਾਵਾਂ ਵਾਲੇ ਸੇਬ ਵਿਕ ਰਹੇ ਸਨ। ਹਾਲਾਂਕਿ ਇਹ ਭਾਸ਼ਾ ਕਿਸੇ ਨੂੰ ਸਮਝ ਨਹੀਂ ਲੱਗ ਰਹੀ ਸੀ, ਪਰ ਜਦੋਂ ਇਸ ਬਾਰੇ ਦੁਕਾਨਦਾਰਾਂ ਤੋਂ ਪੁੱਛਗਿੱਛ ਕਰਨੀ ਚਾਹੀ, ਦੁਕਾਨਦਾਰਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਸੇਬ ਵੇਚਣੇ ਜਾਰੀ ਰੱਖੇ। ਜਦੋਂ ਮਾਮਲਾ ਸਿਟੀ ਪੁਲਿਸ ਕੋਲ ਪੁੱਜਾ ਤਾਂ ਉਹਨਾਂ ਦੁਕਾਨਦਾਰ ਆਰਿਫ ਸ਼ਾਮਪੁਰਾ ਤੋਂ ਪੁੱਛਗਿੱਛ ਕੀਤੀ। ਫਿਰ ਦੁਕਾਨਦਾਰ ਦੱਸਿਆ ਕਿ ਇਹ ਸੇਬ ਉਹ ਲੁਧਿਆਣਾ ਮੰਡੀ ਤੋਂ ਲੈ ਕੇ ਆਇਆ ਹੈ, ਪਰ ਉਸਨੂੰ ਉਰਦੂ ਨਹੀਂ ਆਉਂਦੀ, ਜਿਸ ਕਰਕੇ ਲਿਖੇ ਨਾਰਾ ਦਾ ਉਸਨੂੰ ਪਤਾ ਨਹੀਂ। ਐਸੋ ਜੋ ਸੁਨੀਲ ਕੁਮਾਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਤੋਂ ਪੁੱਜੇ ਇਹਨਾਂ ਸੇਬਾਂ ਤੇ ਪਾਕਿਸਤਾਨ ਜਿੰਦਾਬਾਦ ਜ਼ਾਕਿਰ ਮੂਸਾ ਅਤੇ ਬੁਰਹਾਨ ਵਾਨੀ ਦੇ ਨਾਮ ਮਾਰਕਰ ਨਾਲ ਲਿਖੇ ਹੋਏ ਹਨ, ਜਿਨ੍ਹਾਂ ਬਾਰੇ ਉਹ ਪੜਤਾਲ ਕਰ ਰਹੇ ਹਨ। ਠੇਕੇ ਦੀ ਮਿਆਦ ਸਮਾਪਤ ਹੋਣ ਦੇ ਬਾਵਜੂਦ ਵਸੂਲੀ ਜਾ ਰਹੀ ਹੈ ਪਾਰਕਿੰਗ ਫੀਸ। ਚੋਣ ਜ਼ਾਬਤਾ ਲਾਗੂ ਕਰਨ ਨਾਲ ਕਈ ਕੰਮਾਂ ਨੂੰ ਠੇਕੇ ਤੇ ਨਹੀਂ ਦਿੱਤਾ ਜਾ ਸਕਦਾ, ਪਰੰਤੂ ਕੁਝ ਮਹਿਕਮਿਆਂ ਵਿੱਚ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਕਥਿਤ ਮਿਲੀ ਭੁਗਤੀ ਨਾਲ ਠੇਕੇਦਾਰ ਰਾਹੀਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਅਜਿਹੀ ਇੱਕ ਜਾਣਕਾਰੀ ਅਨਾਜ ਮੰਡੀ ਮੋਰਿੰਡਾ ਵਿੱਚ ਪੈਂਦੀ ਸਬਜ਼ੀ ਮੰਡੀ ਦੀ ਪਾਰਕਿੰਗ ਫੀਸ ਨੂੰ ਲੈ ਕੇ ਮਿਲੀ। ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਸਬਜ਼ੀ ਮੰਡੀ ਦੀ ਪਾਰਕਿੰਗ ਦਾ ਠੇਕਾ 31 ਮਾਰਚ 2019 ਨੂੰ ਖਤਮ ਹੋ ਚੁੱਕਾ ਹੈ, ਪਰੰਤੂ ਪਾਰਕਿੰਗ ਫੀਸ ਸਬਜ਼ੀ ਖਰੀਦਣ ਵੇਚਣ ਵਾਲਿਆਂ ਤੋਂ ਵਸੂਲ ਕੀਤੀ ਜਾ ਰਹੀ ਹੈ। ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ। ਸੰਤੋਖਗੜ੍ਹ ਪਲਾਨ ਮੁੱਖ ਸੜਕ ਦੇ ਪਿੰਡ ਸੁਖਵਾਲ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਮਿਲੀ ਹੈ। ਖਬਰ ਲੱਗਣ ਤੋਂ ਬਾਅਦ ਕੀਰਤਪੁਰ ਸਾਹਿਬ ਪੁਲਿਸ ਹਰਕਤ 'ਚ ਆਈ। ਪਿਛਲੇ ਦਿਨੀਂ ਗਾਂਜੇ ਦੀ ਜਗ੍ਹਾ ਸ਼ਰਾਬ ਦੀਆਂ 12 ਬੋਤਲਾਂ ਦਾ ਪਰਚਾ ਦਰਜ ਕਰਕੇ ਕਿਰਕਰੀ ਕਰਵਾਉਣ ਵਾਲੀ ਸਥਾਨਕ ਪੁਲਿਸ ਨੇ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਰਾਜਸਥਾਨੀ ਔਰਤ ਨੂੰ 240 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ। ਜਾਣਕਾਰੀ ਅਨੁਸਾਰ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਪਾਰਟੀ ਵੱਲੋਂ ASI ਸੋਹਨ ਸਿੰਘ ਦੀ ਅਗਵਾਈ ਹੇਠ ਸਥਾਨਕ ਪੁਰਾਣੇ ਬੱਸ ਅੱਡੇ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਖਬਰੀ ਨੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਸਥਾਨਕ ਰਾਜਸਥਾਨੀਆਂ ਦੀਆਂ ਝੁੱਗੀਆਂ ਦੀ ਵਸਨੀਕ ਇੱਕ ਔਰਤ ਭਾਗੋ ਕਿਸੇ ਵਿਅਕਤੀ ਨੂੰ ਗਾਂਜੇ ਦੀ ਸਪਲਾਈ ਦੇਣ ਲਈ ਸ਼ਾਹਪੁਰ ਵਿਲਾ ਸਾਈਡ ਜਾਣਾ ਹੈ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਸਮੇਤ ਸ਼ਾਹਪੁਰ ਲਈ ਸੜਕ ਉੱਤੇ ਨਾਕਾ ਲਗਾ ਕੇ ਔਰਤ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਨਾਲ ਅੱਗੇ ਪ੍ਰਮੁੱਖ ਸੁਰਖੀਆਂ, ਕੱਲ੍ਹ ਕਿਹੜੀਆਂ ਖ਼ਬਰਾਂ ਖ਼ਬਰ ਦੀਆਂ ਸੁਰਖੀਆਂ ਬਣਦੀਆਂ ਲੈ ਕੇ ਹਾਜ਼ਰ ਹੋਵਾਂਗੇ, ਤਦ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।